ਈਵਨ ਪੰਜਾਬੀ ਨਿਡਰ ਨਿਰਪੱਖ ਤਮੀ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਹੁਸ਼ਿਆਰਪੁਰ। ਦੋਸਤੋ, ਇੱਕ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਔਰ ਹੁਸ਼ਿਆਰਪੁਰ ਦਾ ਇੱਕ ਸਰਕਾਰੀ ਸਕੂਲ ਹੈ ਔਰ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਅਤੇ ਦੋ ਨਾਲ ਉਹਨਾਂ ਦੇ ਮੈਡਮਾਂ ਉਸੇ ਸਕੂਲ ਦੀਆਂ, ਲੇਕਿਨ ਉਹਨਾਂ ਦੀ ਇੰਨੀ ਕੁ ਮਤਲਬ ਬੁਰੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਦਿਖਾ ਸਕਦੇ। ਔਰ ਜਦੋਂ ਸਕੂਲ ਦੇ ਕੁਝ ਅਧਿਆਪਕ ਬੱਚੇ ਉਹਨਾਂ ਦੀਆਂ ਹਰਕਤਾਂ ਤੋਂ ਤੰਗ ਆ ਗਏ ਤਦ ਉਹਨਾਂ ਨੇ ਮਤਲਬ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਹੈ ਔਰ ਇਹ ਕੀ ਕਾਰਵਾਈ ਕੀਤੀ ਹੈ, ਕਿਵੇਂ ਸਾਰੇ ਪਕੜ ਵਿੱਚ ਆਏ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਸ਼ਰਮਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਲੇਕਿਨ ਅਪਡੇਟ ਤੋਂ ਪਹਿਲਾਂ ਮੈਂ ਦਿਖਾਉਣਾ ਚਾਹੁੰਦਾ ਉਹਨਾਂ ਦੀਆਂ ਕਰਤੂਤਾਂ ਨਾਲ ਭਰੀ ਹੈ ਪੂਰੀ ਵੀਡੀਓ। ਅਸ਼ਵਨੀ ਜੀ, ਇਸ ਖਬਰ ਨੂੰ ਲੈ ਕੇ, ਵਾਇਰਲ ਵੀਡੀਓ ਨੂੰ ਲੈ ਕੇ ਹੋਰ ਕੀ ਜਾਣਕਾਰੀ ਹੈ? ਜ਼ਿਲ੍ਹਾ ਹੁਸ਼ਿਆਰਪੁਰ ਦੇ ਇਹ ਦਤਾਰਪੁਰ ਦਾ ਇਲਾਕਾ ਹੈਗਾ ਵਾ ਜਿੱਥੇ ਦਾ ਸਰਕਾਰੀ ਸਕੂਲ ਹੈ। ਇਹ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਕਿ ਸ਼ਿਕਸ਼ਾ ਦਾ ਮੰਦਿਰ ਹੈਗਾ, ਜਿਸ ਜਗ੍ਹਾ ਦੇ ਉੱਤੇ ਅਧਿਆਪਕ ਗੁਰੂ ਸਮਾਨ ਅਧਿਆਪਕ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਸ਼ਿਕਸ਼ਾ ਦੇਣ ਦੇ ਵਾਸਤੇ ਸਕੂਲਾਂ ਦੇ ਵਿੱਚ ਆਉਂਦੇ ਨੇ, ਪਰ ਇਸ ਸਕੂਲ ਦੀ ਜਿਹੜੀ ਇਸ ਹਰਕਤ ਨੂੰ ਦੇਖ ਕੇ ਉਹ ਵੀ ਪ੍ਰਿੰਸੀਪਲ ਦੇ ਵੱਲੋਂ ਔਰ ਮੈਡਮ ਦੇ ਨਾਲ ਜਿਹੜੀਆਂ ਜੋ ਹਰਕਤਾਂ ਇਹ ਰੰਗ ਰਲੀਆਂ ਸਕੂਲ ਦੀ ਕਲਾਸ ਦੇ ਵਿੱਚ ਮਨਾ ਰਹੇ ਨੇ, ਇਹਨੇ ਸ਼ਿਕਸ਼ਾ ਦੇ ਮੰਦਿਰ ਨੂੰ ਜਿਹੜਾ ਹੈਗਾ ਬੜਾ ਸ਼ਰਮਸਾਰ ਕਰਕੇ ਰੱਖ ਦਿੱਤਾ ਹੈਗਾ। ਇਹਨਾਂ ਦੀਆਂ ਇਹਨਾਂ ਹਰਕਤਾਂ ਤੋਂ ਕਾਫੀ ਜ਼ਿਆਦਾ ਜਿਹੜੇ ਹੋਰ ਟੀਚਰ ਸੀਗੇ ਉਹ ਵੀ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ। ਸੋ ਇਹ ਕਈ ਵਾਰ ਇਹਨਾਂ ਨੂੰ ਕਿਹਾ ਵੀ ਹੈਗਾ ਕਿ ਪ੍ਰਿੰਸੀਪਲ ਸਾਹਿਬ ਇਹ ਹਰਕਤਾਂ ਤੁਹਾਡੀਆਂ ਠੀਕ ਨਹੀਂ ਹੈਗੀਆਂ, ਪਰ ਉਹ ਸਾਰੀਆਂ ਗੱਲਾਂ ਤੋਂ ਇਨਕਾਰ ਕਰਦੇ ਰਹੇ। ਸੋ ਇਸੇ ਚੀਜ਼ ਤੋਂ ਦੁਖੀ ਹੋ ਕੇ ਉਹਨਾਂ ਨੇ ਕੈਮਰੇ ਦੇ ਇਹਨਾਂ ਦੇ ਰੂਮ ਦੇ ਵਿੱਚ ਇੱਕ ਕੈਮਰਾ ਫਿੱਟ ਕੀਤਾ ਜਿੱਥੋਂ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ। ਤੇ ਜਿਸ ਵੇਲੇ ਤਸਵੀਰਾਂ ਸਾਹਮਣੇ ਆਈਆਂ ਪ੍ਰਿੰਸੀਪਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਕਿ ਇਹ ਜਿਹੜੀਆਂ ਤਸਵੀਰਾਂ ਵੀਡੀਓ ਜਿਹੜੀ ਬਣਾਈ ਹੈਗੀ ਆ ਇਹ ਇੱਕ ਵੀਡੀਓ ਹੈਗੀ ਆ, ਇਹਦੇ ਵਿੱਚ ਕਾਰਾਗਿਰੀ ਕੀਤੀ ਹੋਈ ਹੈਗੀ ਆ, ਉਹ ਆਪਣੇ ਇਸ ਗੱਲ ਨੂੰ ਮੰਨਦੇ ਨੀ। ਜਦੋਂ ਇਸ ਗੱਲ ਦੀ ਸ਼ਿਕਾਇਤ ਜਿਹੜੀ ਹੈਗੀ ਆ ਸ਼ਿਕਸ਼ਾ ਬੜੇ ਅਧਿਕਾਰੀਆਂ ਨੂੰ ਕੀਤੀ ਗਈ ਤਾਂ DO ਸਾਹਿਬ ਦੀ ਡਿਊਟੀ ਲਗਾਈ ਗਈ ਹੈਗੀ ਆ ਤੇ ਉਹ ਹੁਣ ਸਾਰੀ ਇਸ ਚੀਜ਼ ਦੀ ਪੜਤਾਲ ਕਰ ਰਹੇ ਹੈ। ਲੇਕਿਨ ਸ਼ਰਮਾ ਜੀ, ਪ੍ਰਿੰਸੀਪਲ ਠੀਕ ਹੈ, ਜਿਹੜੇ ਦੋ ਵਿੱਚ ਮੈਡਮਾਂ ਨਜ਼ਰ ਆ ਰਹੀਆਂ ਨੇ ਉਹਨਾਂ ਨਾਲ ਸੰਪਰਕ ਕੀਤਾ ਵੀ ਇਹ ਤੁਸੀਂ ਕੀ ਕਰ ਰਹੇ ਹੋ? ਮੈਡਮਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਮੈਡਮਾਂ ਕੈਮਰੇ ਦੇ ਅੱਗੇ ਆਉਣ ਤੋਂ ਬਚਦੀਆਂ ਸਾਰੀਆਂ ਨਜ਼ਰ ਆਈਆਂ ਹੈਗੀਆਂ ਤੇ ਇਸ ਕਰਕੇ ਜਿਹੜੀ ਆ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਪਾਈ ਹੈਗੀ। ਪਰ ਉਹਨਾਂ ਦਾ ਇੰਨਾ ਜ਼ਰੂਰ ਕਹਿਣਾ ਹੈਗਾ ਕਿ ਇਹ ਜਿਹੜੀ ਫਿਲਮ ਜਿਹੜੀ ਬਣਾਈ ਗਈ ਹੈਗੀ ਆ ਇਹ ਸਾਡੀ ਬਿਲਕੁਲ ਨਹੀਂ ਹੈਗੀ, ਜਦਕਿ ਇਹ ਸਪਸ਼ਟ ਜਿਹੜਾ ਹੈ ਸਕੂਲ ਦਾ ਜਿਹੜਾ ਬਾਕੀ ਸਟਾਫ ਹੈਗਾ ਉਹ ਕੈਮਰੇ ਦੇ ਅੱਗੇ ਤਾਂ ਨਹੀਂ ਆ ਰਿਹਾ ਹੈਗਾ, ਪਰ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਸਾਡੇ ਦੁਆਰਾ ਹੀ ਬਣਾਈਆਂ ਗਈਆਂ ਜਿਹੜੀਆਂ ਇਹ ਵੀਡੀਓ ਹੈਗੀਆਂ ਔਰ ਅਸਲ ਦੇ ਵਿੱਚ ਸੱਚਾਈ ਹੈਗੀ ਆ
ਤੇ ਦੋ ਟੀਚਰਾਂ ਦੇਖੋ ਪ੍ਰਿੰਸੀਪਲ ਸਾਹਿਬ ਜਿਹੜੇ ਇੱਕ ਟੀਚਰ ਨਾਲ ਨੀ ਦੋ ਦੋ ਟੀਚਰਾਂ ਦੇ ਨਾਲ ਰੰਗ ਲੱਗੀਆਂ ਜਿਹੜੀਆਂ ਹੈਗੀਆਂ ਉਹ ਮਨਾ ਰਹੇ ਨੇ। ਸੋ ਏਦਾਂ ਦਾ ਵਾਕਿਆ ਜਿਹੜਾ ਹੈਗਾ ਬਹੁਤ ਹੀ ਸ਼ਰਮਸਾਰ ਹੈਗਾ। ਇਹੋ ਜਿਹੇ ਸਿੱਖਾਂ ਦੇ ਮੰਦਿਰ ਦੇ ਵਿੱਚ ਜਿਹੜੇ ਪ੍ਰਿੰਸੀਪਲ ਦੇ ਅਹੁਦੇ ਦੇ ਉੱਤੇ ਹੈਗੇ ਆ ਇਹਨਾਂ ਨੂੰ ਫੌਰਨ ਜਿਹੜਾ ਹੈਗਾ ਸਸਪੈਂਡ ਕਰ ਦੇਣਾ ਚਾਹੀਦਾ, ਪੜ੍ਹਨਾ ਜਿਹੜਾ ਹੈਗਾ ਸਾਡੇ ਜਿਹੜੇ ਬੱਚੇ ਹੈਗੇ ਆ ਸਿੱਖਿਆ ਲੈਣ ਦੇ ਵਾਸਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਅਸਰ ਪੈ। ਲੇਕਿਨ ਸ਼ਰਮਾ ਜੀ, ਇਹ ਮੈਡਮਾਂ ਦਾ ਪਰਿਵਾਰ ਹੋਏਗਾ, ਇਹਨਾਂ ਦੇ ਬੱਚੇ ਹੋਣਗੇ, ਮਤਲਬ ਜਦੋਂ ਇਹ ਵਾਇਰਲ ਵੀਡੀਓ ਹੋਈ ਤਾਂ ਉਸ ਵੇਲੇ ਕੀ ਉਹਨਾਂ ਦਾ ਮਤਲਬ ਕੀ ਸਮਾਜ ਦੇ ਵਿੱਚ ਉਹਨਾਂ ਦੀ ਦਿੱਖ ਰਹਿ ਗਈ? ਐਸੇ ਮੇ ਵੀਡੀਓ ਜਿਹੜੀ ਹੈਗੀ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈਗੀ ਆ। ਕਾਫੀ ਇਲਾਕੇ ਦੇ ਵਿੱਚ ਇਹ ਵੀਡੀਓ ਜਿਹੜੀ ਚੱਲ ਰਹੀ ਹੈਗੀ, ਹੋ ਸਕਦਾ ਇਹਨਾਂ ਦੇ ਘਰਦਿਆਂ ਤੱਕ ਵੀ ਇਹ ਵੀਡੀਓ ਪਹੁੰਚੀ ਹੋਵੇ, ਪਰ ਹਾਲੇ ਤੱਕ ਵੀ ਜਿਹੜਾ ਹੈਗਾ ਇਹਨਾਂ ਟੀਚਰਾਂ ਦਾ ਰਵੱਈਆ ਜਿਹੜਾ ਬੜਾ ਹੈਗਾ ਕਠੋਰ ਹੈਗਾ ਵਾ। ਇਹ ਆਪਣੇ ਆਪ ਨੂੰ ਹਾਲੇ ਮੰਨੇ ਨਹੀਂ ਰਹੀਆਂ ਹੈਗੀਆਂ, ਜਦਕਿ ਸਪਸ਼ਟ ਚਿਹਰਾ ਜਿਹੜਾ ਹੈਗਾ ਇਹਦੇ ਵਿੱਚ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਔਰ ਦੋਸਤੋ, ਇਸ ਸੰਬੰਧ ਵਿੱਚ ਸ਼ਰਮਾ ਜੀ ਨੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਹੈ, ਸ਼ਿਕਸ਼ਾ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਤੁਸੀਂ ਵੀ ਸੁਣ ਸਕਦੇ ਹੋ। ਅਭੀ ਅਭੀ ਇੱਕ ਵੀਡੀਓ ਵਾਇਰਲ ਸਰਕਾਰੀ ਅਧਿਆਪਕੋਂ ਲੇਕਰ ਵੋ ਕਿਆ ਵੀਡੀਓ ਹੈ, ਉਸਮੇਂ ਕਿਆ ਤੱਕ ਸਮਝ ਹੈ? ਸਰ, ਉਸਕੇ ਰਿਗਾਰਡਿੰਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੇ ਹਮਾਰੀ ਡਿਊਟੀ ਲਗਾਈ ਹੈ ਇਨਕੁਆਇਰੀ ਕਰਨੇ ਕੇ ਲੀਏ, ਔਰ ਜੋ ਵੀ ਉਸਕੇ ਰਿਗਾਰਡਿੰਗ ਫੈਕਟ ਸਾਹਮਣੇ ਆਉਣਗੇ ਉਸਕੀ ਰਿਪੋਰਟ ਦੇ ਦੀ ਜਾਏਗੀ। ਸੋ ਦੋਸਤੋ, ਇੱਕ ਵਾਰੀ ਫਿਰ ਦੱਸਦੇ ਹਾਂ ਕਿ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੀ ਇਹ ਪੂਰੀ ਦੀ ਪੂਰੀ ਵਾਇਰਲ ਵੀਡੀਓ ਹੈ। ਇੱਕ ਪ੍ਰਿੰਸੀਪਲ ਹੈ ਔਰ ਦੋ ਮੈਡਮਾਂ ਜੋ ਵਾਰੀ ਵਾਰੀ ਉਸਦੇ ਕਮਰੇ ਵਿੱਚ ਐਂਟਰ ਕਰਦੀਆਂ ਔਰ ਅਸ਼ਲੀਲ ਹਰਕਤਾਂ ਜਿਹੜੀਆਂ ਸਾਫ਼ ਨਜ਼ਰ ਆਉਂਦੀਆਂ, ਅਸੀਂ ਤੁਹਾਨੂੰ ਪੂਰੀ ਤਰ੍ਹਾਂ ਇਹ ਸਾਫ਼ ਹਰਕਤਾਂ ਨਹੀਂ ਦਿਖਾ ਸਕਦੇ, ਤੁਹਾਨੂੰ ਬਲਰ ਕਰਕੇ ਦਿਖਾਵਾਂਗੇ, ਲੇਕਿਨ ਅਫਸੋਸ ਦੀ ਗੱਲ ਹੈ ਕਿ ਉਹ ਮੁੱਕਰ ਰਹੇ ਆ, ਸਾਫ਼ ਚਿਹਰੇ ਨਜ਼ਰ ਆ ਰਹੇ ਆ, ਉਹ ਮੁੱਕਰ ਰਹੇ ਆ ਕਿ ਇਹ ਸਾਡੀ ਵੀਡੀਓ ਹੀ ਨਹੀਂ ਹੈ। ਮਤਲਬ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਜੋ ਇਸ ਤਰ੍ਹਾਂ ਦੇ ਵਿੱਦਿਆ ਦੇ ਮੰਦਿਰ ਵਿੱਚ ਇਸ ਤਰ੍ਹਾਂ ਕਰਦੇ ਆ। ਆਖਰ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ, ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ, ਡਿਊਟੀ ਤੋਂ ਲਾਂਭੇ ਕਰਨਾ ਚਾਹੀਦਾ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਤਾਜ਼ਾ ਅਤੇ ਨਵੀਆਂ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।